ਪਾਰਟ 60 ਸੀ। ਵੇਖ ਰਹੇ ਸਾਰੇ ਹੀ ਵਿਊਜ਼ ਦਾ ਇਸ ਚੈਨਲ ਤੇ ਇੱਕ ਵਾਰ ਫੇਰ ਬਹੁਤ-ਬਹੁਤ ਸਵਾਗਤ। ਸਾਡੀ ਅੱਜ ਦੀ ਵੀਡੀਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਬੀਏ ਦੇ 5ਵੇਂ ਸਮੈਸਟਰ ਦੇ ਨਾਲ ਸੰਬੰਧਿਤ ਹੈ। ਵਿਸ਼ਾ ਹੈ ਚੋਣਵੀ ਪੰਜਾਬੀ ਤੇ ਇਸ ਵਿਸ਼ੇ ਦੀ ਨਿਰਧਾਰਿਤ ਪਾਠ ਪੁਸਤਕ ਹੈ ਸਾਡੀ ਮੱਧਕਾਲੀ ਅਤੇ ਮੁੱਢਲੇ ਵਸਤੀਵਾਦੀ ਕਾਲ ਦੀ ਪੰਜਾਬੀ ਕਵਿਤਾ। ਤੇ ਇਸ ਕਾਵ ਸੰਗ੍ਰਹਿ ਦੇ ਵਿੱਚੋਂ ਅੱਜ ਅਸੀਂ ਕਵੀ ਫਜ਼ਲ ਸ਼ਾ ਜੀ ਦੀ ਕਵਿਤਾ ਪੜ੍ਹਨੀ ਹੈਗੀ ਤੇ ਇਸ ਦਾ ਵੈਸੇ ਮੁੱਖ ਸਰਲੇਖ ਹੈ ਸੋਹਣੀ ਮਹੀਵਾਲ ਇੱਕ ਕਿੱਸਾ ਹੈਗਾ ਤੇ ਇਸ ਦੇ ਨਾਲ ਸੰਬੰਧਿਤ ਸਾਡੇ ਕੋਲ 6 ਭਾਗ ਇਸ ਸੰਗ੍ਰਹਿ ਦੇ ਵਿੱਚ ਦਰਜ ਹੈਗੇ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਵਿਸ਼ਾ ਜੋ ਕਵੀ ਦਾ ਲਿਆ ਹੋਇਆ ਹੈ ਉਹ ਹੈ ਇਸ ਕਿ ਸਦੀ ਨਾਇਕਾ ਸੋਣੀ ਦੀ ਸੁੰਦਰਤਾ ਦਾ ਬਿਆਨ ਕਰਨਾ ਇਸ ਤੋਂ ਪਹਿਲਾਂ ਅਸੀਂ ਇਸ ਚੈਨਲ ਉੱਤੇ ਕਈ ਕਵੀਆਂ ਦੀਆਂ ਕਵਿਤਾਵਾਂ ਅਪਲੋਡ ਕਰ ਦਿੱਤੀਆਂ ਨੇ ਤੇ ਇਸ ਤੋਂ ਇਲਾਵਾ ਦੂਸਰੀ ਪਾਠ ਪੁਸਤਕ ਹੈ ਸਾਡੀ ਜਿਹੜੀ ਨਾਟਕ ਜਿੰ ਸੱਚ ਪੱਲੇ ਹੋਏ ਉਸ ਦਾ ਵੀ ਕਾਫੀ ਕੰਮ ਇਸ ਚੈਨਲ ਉੱਤੇ ਅਪਲੋਡ ਕੀਤਾ ਗਿਆ ਹੈ ਜਿਹੜੇ ਵਿਦਿਆਰਥੀਆਂ ਨੇ ਅਜੇ ਤੱਕ ਇਹ ਵੀਡੀਓਜ਼ ਨਹੀਂ ਵੇਖੀਆਂ ਉਹ ਇਸ ਚੈਨਲ ਦਾ ਲਾਭ ਲੈਣ ਲਈ ਚੈਨਲ ਨੂੰ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰਕੇ ਅਜਿਹਾ ਕਰ ਸਕਦੇ ਹੈਗੇ ਨੇ ਸੋ ਅੱਜ ਅਸੀਂ ਫਜ਼ਲ ਸ਼ਾਹੀ ਕਵਿਤਾ ਪੜ੍ਹਨੀ ਹੈ ਤਾਂ ਜ਼ਰੂਰੀ ਹੈ ਅਸੀਂ ਉਹਨਾਂ ਬਾਰੇ ਥੋੜੀ ਜੀ ਜਾਣਕਾਰੀ ਪ੍ਰਾਪਤ ਕਰ ਲਈ ਫਜ਼ਲ ਸ਼ਾਹ ਦਾ ਨਾਮ ਆਧੁਨਿਕ ਕਾਲ ਦੇ ਰਵੈਤੀ ਰੰਗ ਦੀ ਕਵਿਤਾ ਲਿਖਣ ਵਾਲੇ ਕਵੀਆਂ ਵਿੱਚ ਆਉਂਦਾ ਹੈ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹਦੇ ਸਮੇਂ ਦੇ ਨਾਲ ਨਣੌਂਦੀ ਨੇ 1827 ਤੋਂ 1890 ਤਾਂ ਉਸ ਦਾ ਜਨਮ 1827 ਈਸਵੀ ਦੇ ਵਿੱਚ ਅਤੇ ਦਿਹਾਂਤ 1890 ਈਸਵੀ ਦੇ ਵਿੱਚ ਹੋਇਆ ਉਹ ਲਾਹੌਰ ਦੀ ਬਸਤੀ ਨਮਾ ਕੋਟ ਦਾ ਰਹਿਣ ਵਾਲਾ ਸੀ ਅਤੇ ਮੌਲਾ ਬਖਸ਼ ਕੁਸ਼ਤਾ ਦੇ ਅਨੁਸਾਰ ਉਹ ਇੱਕ ਸਰਕਾਰੀ ਦਫ਼ਤਰੀ ਦਾ ਕੰਮ ਕਰਦਾ ਸੀ ਉਸ ਨੇ ਕਈ ਪ੍ਰੀਤ ਕਸੇ ਲਿਖੇ ਜਿਵੇਂ ਹੀਰਾਂਜਾ ਲੈਲਾ ਮਜਨੂ ਯੂਸਫ ਜ਼ੁਲੈਖਾ ਸਸੀ ਪੁੰਨੂ ਅਤੇ ਸੋਹਣੀ ਮਹੀਵਾਲ ਕਹਿਣ ਦਾ ਭਾਵ ਉਸ ਦੀ ਸਾਰੀ ਜਿਹੜੀ ਰਚਨਾ ਸੀ ਉਹ ਪ੍ਰੀਤ ਕਸਿਆਂ ਦੀ ਹੀ ਸੀ ਤੇ ਉਸ ਦਾ ਸਭ ਤੋਂ ਪ੍ਰਸਿੱਧ ਰਚਨਾ ਸੀ ਸੋਹਣੀ ਮਹੀਵਾਲ ਦਾ ਕਿੱਸਾ ਫਜ਼ਲ ਸ਼ਾ ਨੇ ਵੀ ਇਸ ਕિસ્ਸੇ ਵਿੱਚ ਵਾਰਿਸ ਸ਼ਾ ਵਾਂਗ ਆਪਣੇ ਅਸਫਲ ਇਸ਼ਕ ਤੋਂ ਪੈਦਾ ਹੋਈ ਚੀਜ਼ ਨੂੰ ਬਿਆਨ ਕੀਤਾ ਹੈਗਾ ਤੇ ਇਸ ਪ੍ਰਕਾਰ ਉਸਦੇ ਕિસ્ਸੇ ਵਿੱਚ ਲੋਕ ਅਪੀਲ ਦਾ ਇੱਕ ਭਰਪੂਰ ਅੰਸ਼ ਹੈ ਉਸ ਦਾ ਆਪਣੀ ਬੋਲੀ ਉੱਤੇ ਪੂਰਨ ਕਾਬੂ ਹੈ ਸ਼ਬਦਾਂ ਦੀ ਬੜੀ ਟੁਕਮੇ ਤੇ ਭਾਪੂਰ ਤਰੰਗ ਦੇ ਨਾਲ ਉਸ ਨੇ ਵਰਤੋਂ ਕੀਤੀ ਹੈਗੀ ਆ ਤੇ ਜੋ ਸਾਡਾ ਅੱਜ ਦਾ ਟੌਪਿਕ ਹੈ ਉਹ ਹੈ ਪਹਿਲਾ ਤਰਿੰਜਣ ਵਿੱਚ ਬੈਠੀ ਸੋਣੀ ਤਾਂ ਇਸ ਕਾਵਨ ਦਾ ਸੀ ਪਹਿਲਾ ਪ੍ਰਸੰਗ ਲਿਖਾਂਗੇ ਕਿ ਇਹ ਕਾਵ ਟੁੱਟਾ ਫਜ਼ਲ ਸ਼ਾਹ ਦੇ ਕਿੱਸੇ ਸੋਣੀ ਮਹੀਵਾਲ ਦਾ ਇੱਕ ਅੰਸ਼ ਹੈ ਤੇ ਇਹ ਮੱਧਕਾਲੀ ਅਤੇ ਮੁੱਢਲੇ ਵਸਤੀਵਾਦੀ ਕਾਲ ਦੀ ਪੰਜਾਬੀ ਕਵਿਤਾ ਕਾਵ ਸੰਗ੍ਰਹਿ ਦੇ ਵਿੱਚ ਤਰਿੰਜਣ ਵਿੱਚ ਬੈਠੀ ਸੋਹਣੀ ਉਪਸਰਲੇਖ ਹੇਠ ਦਰਜ ਹੈ ਇਸ ਕਿੱਸੇ ਵਿੱਚ ਕਵੀ ਨੇ ਸੋਹਣੀ ਮਹੀਵਾਲ ਦੀ ਪ੍ਰੀਤ ਕਹਾਣੀ ਨੂੰ ਬਿਆਨ ਕੀਤਾ ਹੈ ਇਨ੍ਹਾਂ ਸਤਰਾਂ ਵਿੱਚ ਕਵੀ ਨੇ ਸੋਹਣੀ ਦੀ ਸੁੰਦਰਤਾ ਅਤੇ ਤਰਿੰਜਣ ਵਿੱਚ ਉਹ ਬੈਠੀਆਂ ਉਸ ਦੀਆਂ ਸਹੇਲੀਆਂ ਦੇ ਹਾਰ ਸ਼ਿੰਗਾਰ ਦਾ ਵਰਣਨ ਕੀਤਾ ਹੈ ਵਰੇਵਾਰ ਮੇ ਵਿੱਚ ਪਰਿਵਾਰ ਸੋਹਣੀ ਜਿਵੇਂ 14ਵਾਂ ਚੰਦ ਪਰਿਵਾਰ ਬੇਲੀ ਬੇਲੀ ਦਾ ਅਰਥ ਇੱਥੇ ਹੈਗਾ ਵੀ ਆਪਾਂ ਕਿਸੇ ਦੋਸਤ ਮਿੱਤਰ ਨੂੰ ਸੰਬੋਧਨ ਕਰਦੇ ਹੈਗੇ ਆ ਉਸ ਤਰ੍ਹਾਂ ਤਾਂ ਕਵੀ ਕਹਿੰਦਾ ਹੈਗਾ ਵੀ ਜਿਹੜੀ ਸੋਹਣੀ ਹੈ ਉਹ ਜਦੋਂ 12 ਸਾਲਾਂ ਦੀ ਹੋਈ ਤਾਂ ਉਹ ਆਪਣੇ ਸਾਰੇ ਪਰਿਵਾਰ ਦੇ ਵਿੱਚੋਂ ਇੰਨੀ ਸੋਹਣੀ ਸੀਗੀ ਕਿ ਜਿਸ ਤਰ੍ਹਾਂ ਚੌਦਹੀਂ ਦਾ ਚੰਦ ਨਿਕਲਿਆ ਹੋਵੇ ਜਾਂ ਫਿਰ ਤਾਰਿਆਂ ਦੇ ਵਿੱਚੋਂ ਚੰਦ ਸੋਹਣਾ ਲੱਗਦਾ ਹੈ ਇਸ ਤਰ੍ਹਾਂ ਸਾਰੇ ਪਰਿਵਾਰ ਦੇ ਵਿੱਚੋਂ ਸਭ ਨਾਲੋਂ ਸੋਹਣੀ ਸੀਗੀ ਤਿਰਿੰਜਣ ਵਿੱਚ ਬੈਠੀ ਸਹੀਆਂ ਨਾਲ ਸੋਹਣੀ ਪੈਣ ਚਰਖਿਆਂ ਦੇ ਘੁੰਮਕਾਰ ਬੇਲੀ ਹੁਣ ਸਹੀਆਂ ਹੁੰਦੀਆਂ ਸਹੇਲੀਆਂ ਠੀਕ ਹੈ ਤੇ ਚਰਖਿਆਂ ਦੇ ਘੁੰਮਕਾਰ-ਕੁੰਕਾਰ ਹੁੰਦੀ ਹੈ ਗੂੰਜ ਜਦੋਂ ਚਰਖਾ ਚੱਲਦਾ ਹੈਗਾ ਤਾਂ ਉਸ ਦੀ ਗੂੰਜ ਪੈਂਦੀ ਹੈਗੀ ਆ ਤਾਂ ਕਵੀ ਕਹਿੰਦਾ ਹੈਗਾ ਵੀ ਉਹ ਜਦੋਂ ਤਿਰਿੰਜਣ ਵਿੱਚ ਆਪਣੀਆਂ ਸਹੇਲੀਆਂ ਦੇ ਨਾਲ ਬੈਠੀ ਹੋਈ ਚਰਖਾ ਕੱਤਦੀ ਸੀ ਤਾਂ ਕਿਸ ਤਰ੍ਹਾਂ ਦਾ ਦ੍ਰਿਸ਼ ਸਿਗਾ ਤੇ ਇਹ ਪ੍ਰਾਣੇ ਸਮਾਨਨ ਜਵਾਨਾਂ ਦੀ ਗੱਲ ਹੈ ਬੇਟੇ ਪ੍ਰਾਣੇ ਸੱਭਿਆਚਾਰ ਦੀ ਕਿ ਉਦੋਂ ਆਮ ਜਿਹੜੀਆਂ ਲੜਕੀਆਂ ਸੀਗੀਆਂ ਉਹ ਘਰ ਦਾ ਕੰਮ ਕਰਨ ਕਰਨ ਤੋਂ ਬਾਅਦ ਮੇਲਾ ਸਮਾਂ ਜਿਹੜਾ ਹੈ ਤਿਰੰਜਣ ਦੇ ਵਿੱਚ ਚਰਖਾ ਕੱਤਣਾ ਕਸਿੱਧਾ ਕੱਢਣ ਜੇ ਤਾਂ ਹੋਰ ਤਰ੍ਹਾਂ ਦੇ ਇਸ ਤਰ੍ਹਾਂ ਦੇ ਜਿਹੜੇ ਕਰਤਾਰੀ ਕੰਮ ਕਰਦੀਆਂ ਸੀਗੀਆਂ ਉਹ ਜਿਸ ਦੇ ਨਾਲ-ਨਾਲ ਉਹ ਗੀਤ ਵੀ ਗਾਉਂਦੀਆਂ ਸੀਗੀਆਂ ਤੇ ਉਹਨਾਂ ਦਾ ਜਿਹੜਾ ਮਾਨ ਪਰਚਾ ਬਈ ਹੁੰਦਾ ਸੀ ਤੇ ਘਰ ਦੀਆਂ ਜਿਹੜੇ ਵਸਤੂਆਂ ਉਹ ਆਮ ਤਰਤੀ ਦਾਜ ਵਿੱਚ ਲੈ ਜਾਣ ਵਾਲੀਆਂ ਵਸਤੂਆਂ ਆਪਣੀਆਂ ਉਹ ਸਮਾਨ ਤਿਆਰ ਕਰ ਲੈਂਦੀਆਂ ਸੀਗੀਆਂ ਤਰਿੰਜਣ ਵਿੱਚ ਬੈਠੀਆਂ ਤੇ ਇਸ ਤਰ੍ਹਾਂ ਉਹ ਤਰਿੰਜਣ ਵਿੱਚ ਆਪਣੀਆਂ ਸਹੇਲੀਆਂ ਦੇ ਨਾਲ ਬੈਠੀ ਸੀਗੀ ਤੇ ਚਰਖੇ ਦੀ ਗੂੰਜ ਪੈਦਾ ਹੁੰਦੀ ਸੀਗੀ ਜਦੋਂ ਚਰਖਾ ਘੁਮਾਉਂਦੀ ਸੀਗੀ ਕੋਈ ਦੇ ਜੋਟੇ ਕੋਈ ਦੇ ਪੂਣੀ ਕੋਈ ਕੱਤ ਦੀ ਵਾਂ ਓਲਾਰ ਬੇਲੀ ਤੇ ਹੁਣ ਕਵੀ ਦੱਸਦਾ ਹੈ ਵੀ ਇਸ ਤਰਿੰਜਣ ਦੇ ਵਿੱਚ ਜਿਹੜੀਆਂ ਕੁੜੀਆਂ ਸੀਗੀਆਂ ਬੈਠੀਆਂ ਉਹਨਾਂ ਦਾ ਚਰਖਾ ਕੱਤਣ ਦਾ ਢੰਗ ਕੀ ਸੀਗਾ ਵੀ ਉਹਨਾਂ ਵਿੱਚੋਂ ਕੋਈ ਕੁੜੀ ਤਾਂ ਜਿਹੜੀਆਂ ਪੂਣੀਆਂ ਸਨ ਹੁਣ ਪੂਣੀਆਂ ਦੀ ਸਮਝ ਤੁਹਾਨੂੰ ਸ਼ਾਇਦ ਨਾ ਆਵੇ ਜਿਸ ਤਰ੍ਹਾਂ ਆਪਾਂ ਤੁਸੀਂ ਦੀਵੇ ਦੀ ਬੱਤੀ ਤਾਂ ਬੱਤੀ ਦੇਖੀ ਹੋਣੀ ਤਾਂ ਇਸ ਤਰ੍ਹਾਂ ਹੀ ਹੁੰਦਾ ਸੀਗਾ ਕਿ ਜਿਹੜਾ ਪਹਿਲਾਂ ਕਪਾਹ ਦੇ ਵਿੱਚੋਂ ਜਿਹੜਾ ਹੈ ਰੂਣ ਜਿਹੜੀ ਕਢਾਈ ਜਾਂਦੀ ਸੀਗੀ ਤਾਂ ਫਿਰ ਉਸ ਤੋਂ ਉਸ ਨੂੰ ਫਿਰ ਉਹ ਜਿਹੜੇ ਹੈਗੇ ਨੇ ਛੋਟੇ-ਛੋਟੇ ਟੁਕੜੇ ਲੈ ਕੇ ਉਹਨੂੰ ਬੱਤੀਆਂ ਦੀ ਤਰ੍ਹਾਂ ਵਟਿਆ ਜਾਂਦਾ ਸੀ ਤੇ ਫਿਰ ਉਸ ਨੂੰ ਜਿਹੜਾ ਹੈ ਪੂਣੀ ਕਿਹਾ ਜਾਂਦਾ ਸੀ ਹੁਣ ਬੱਤੀ ਛੋਟੇ ਕਰਦੀ ਹੁੰਦੀ ਹੈ ਤੇ ਪੂਣੀ ਵੱਡੇ ਕਰਦੀ ਹੁੰਦੀ ਸੀ ਜਿਵੇਂ ਆਪਣੀ ਮਤਲਬ ਹੱਥ ਦੇ ਹਿਸਾਬ ਨਾਲ ਤਾਂ ਉਹਨਾਂ ਵਿੱਚੋਂ ਫਿਰ ਕੋਈ ਕੁੜੀ ਤਾਂ ਇੱਕ ਪੂਣੀ ਲੈ ਕੇ ਚਰਖਾ ਕੱਤ ਰਹੀ ਸੀ ਆਪਣੇ ਹੱਥ ਦੇ ਵਿੱਚ ਤੇ ਕੋਈ ਕੁੜੀ ਪੂਣੀ ਦਾ ਜੁੱਟਾ ਭਾਬ ਦੋ ਪੂਣੀਆਂ ਪਕੜ ਕੇ ਉਸ ਨੂੰ ਚਰਖੇ ਉੱਤੇ ਕੱਤ ਰਹੀ ਹੁੰਦੀ ਸੀ ਤੇ ਕੋਈ ਕੱਤ ਦੀ ਬਾਹਾਂ ਉਲਾਰ ਬੇਲੀ ਤੇ ਉਹਨਾਂ ਵਿੱਚ ਕੋਈ ਕੁੜੀ ਆਪਣੀ ਬਾਹ ਨੂੰ ਲੰਬਾ ਜਿਹੜਾ ਹੈ ਉੱਪਰ ਤੱਕ ਲਿਜਾ ਕੇ ਜਿਹੜਾ ਹੈ ਚਰਖਾ ਕੱਤ ਰਹੀ ਸੀ ਭਾ ਲੰਬਾ ਤੰਦ ਪਾ ਕੇ ਚਰਖਾ ਕੱਤ ਰਹੀ ਸੀਗੀ ਕੋਈ ਮਲੇ ਦੰਦਾਸੜਾ ਕੋਈ ਸੁਰਖੀ ਕੋਈ ਲਾਵ ਦੀ ਹਾਰ ਸ਼ਿੰਗਾਰ ਬੇਲੀ ਤੇ ਉਹ ਜੜੀਆਂ ਤਰਿੰਜਣ ਦੇ ਵਿੱਚ ਰਲ ਮਿਲ ਕੇ ਕੁੜੀਆਂ ਆਈਆਂ ਹੁੰਦੀਆਂ ਸੀ ਚਰਖਾ ਕੱਤਣ ਲਈ ਤਾਂ ਉਹਨਾਂ ਨੇ ਆਪਣੇ ਆਪ ਨੂੰ ਸ਼ਿੰਗਾਰਿਆ ਹੋਇਆ ਸੀ ਕਿਸ ਤਰ੍ਹਾਂ ਤੇ ਉਹਨਾਂ ਦੇ ਵਿੱਚੋਂ ਕਿਸੇ ਨੇ ਤਾਂ ਆਪਣੇ ਦੰਦਾਂ ਦੇ ਉੱਤੇ ਜਿਹੜਾ ਹੈ ਦੰਦਾਸੜਾ ਮਿਲਿਆ ਹੁੰਦਾ ਸੀ ਇਹ ਜਿਹੜਾ ਸੱਕ ਕਹਿੰਦੇ ਹੁੰਦੇ ਸੀਗੇ ਰੰਗ ਰੰਗਲਾ ਹੁੰਦਾ ਸੀ ਜਿਹਦੇ ਨਾਲ ਜਿਹੜੇ ਫਿਰ ਦੰਦ ਬੜੇ ਚਿੱਟੇ ਹੋ ਜਾਂਦੇ ਸੀਗੇ ਤੇ ਬੁੱਲਾਂ ਦਾ ਰੰਗ ਵੀ ਲਾਲ ਹੋ ਜਾਂਦਾ ਸੀਗਾ ਤੇ ਉਹਨੂੰ ਦੰਦਾਸਾ ਕਿਹਾ ਜਾਂਦਾ ਸੀ ਤੇ ਉਹਨਾਂ ਵਿੱਚੋਂ ਕਿਸੇ ਨੇ ਤਾਂ ਆਪਣੇ ਜਿਹੜਾ ਹੈ ਦੰਦਾਂ ਉੱਤੇ ਦੰਦਾਸਾ ਮਿਲਿਆ ਹੋਇਆ ਸੀ ਤਾਂ ਸੀਗਾ ਅਤੇ ਕਿਸੇ ਨੇ ਸੁਰਖੀ ਲਾਈ ਹੋਈ ਸੀਗੀ ਤੇ ਕੋਈ ਲਾਂਵ ਦੀ ਹਾਰ ਸ਼ਿੰਗਾਰ ਦੇ ਲਈ ਤੇ ਇਸ ਤਰ੍ਹਾਂ ਹੀ ਸਾਰੀਆਂ ਕੁੜੀਆਂ ਨੇ ਵੱਖੋ-ਵੱਖਰੇ ਹਾਰ ਸ਼ਿੰਗਾਰ ਕੀਤੇ ਹੋਏ ਸੀਗੇ ਕੋਈ ਪਾ ਸੁਰਮਾ ਕੋਈ ਪਾ ਕਜਲ ਨੋਕ ਦਾ ਰੱਖੇ ਕਾਲੀ ਧਾਰ ਮੇਲੀ ਤੇ ਇਹਨਾਂ ਕੁੜੀਆਂ ਵਿੱਚੋਂ ਕੋਈ ਕੁੜੀ ਸੁਰਮਾ ਪਾ ਕੇ ਆਈ ਹੋਈ ਸੀ ਅੱਖਾਂ ਵਿੱਚ ਤੇ ਕਿਸੇ ਨੇ ਕਜਲਾ ਪਾ ਕੇ ਉਹਦੀ ਲੰਮੀ ਸਾਰੀ ਨੋਕ ਜਿਹਨੂੰ ਅਸੀਂ ਪੂੰਛ ਕਹਿੰਦੇ ਹੁੰਦੇ ਸੀ ਅੱਖਾਂ ਦੇ ਵਿੱਚ ਉਹ ਜਿਹੜੀ ਹੈਗੀ ਆ ਕੱਢੀ ਹੋਈ ਸੀਗੀ ਸੁਰਮੇ ਦੇ ਨਾਲ ਤੇ ਉਹ ਬੜੀ ਸਜਦੀ ਸੀ ਠੀਕ ਹੈ ਕੋਈ ਹੁਸਨ ਤੇ ਹੋ ਮਗਰੂਰ ਬੈਠੀ ਕੋਈ ਗੱਲ ਕਰਦੀ ਨਾਲ ਪਿਆਰ ਗੇਲੇ ਤੇ ਇੰਨਾ ਕੁੜੀਆਂ ਦੇ ਜਿਹੜੇ ਸੁਭਾਅ ਸੀਗੇ ਉਹ ਵੀ ਵੱਖੋ ਵੱਖਰੇ ਸੀਗੇ ਜਿਸ ਤਰ੍ਹਾਂ ਹੁਸਨ ਦਾ ਸੁੰਦਰਤਾ ਮਗਰੂਰ ਹੋਣਾ ਅਪਮਾਨ ਕਰਨਾ ਹੰਕਾਰ ਕਰਨਾ ਤੇ ਇਹਨਾਂ ਵਿੱਚੋਂ ਕੋਈ ਕਈ ਸੋਹਣੀਆਂ ਕੁੜੀਆਂ ਸੀਗੀਆਂ ਤੇ ਜਿਹੜੀਆਂ ਆਪਣੇ ਸੁੰਦਰਤਾ ਤੇ ਮਾਣ ਕਰਦੀਆਂ ਸੀ ਉਹਨਾਂ ਨੂੰ ਆਪਣੀ ਸੁੰਦਰਤਾ ਤੇ ਅਪਮਾਨ ਮਹਿਸੂਸ ਹੁੰਦਾ ਸੀਗਾ ਤੇ ਕੋਈ ਗੱਲ ਕਰਦੀ ਨਾਲ ਪਿਆਰ ਵੇਲੇ ਤੇ ਕਿਸੇ ਦਾ ਸੁਭਾਅ ਜਿਹਾ ਸੀਗਾ ਕਿ ਉਹ ਦੂਸਰੀਆਂ ਦੇ ਨਾਲ ਪਿਆਰ ਨਾਲ ਗੱਲਬਾਤ ਕਰਦੀ ਸੀ ਕੋਈ ਤੇਜ ਨਿਗਾਹ ਦੇ ਨਾਲ ਵੇਖੇ ਕੋਈ ਤਿੱਖੇ ਨੈਣ ਜਿਉਂ ਤੇਜ ਘਟਾਰ ਵੇਲੀ ਤੇ ਉਹਨਾਂ ਵਿੱਚੋਂ ਕੁਝ ਕੁੜੀਆਂ ਆ ਜਾਂੀਆਂ ਸੀਗੀਆਂ ਜਿਨ੍ਹਾਂ ਦੀ ਨਿਗਾਹ ਬੜੀ ਤੇਜ ਸੀ ਅਤੇ ਉਹ ਆਪਣੇ ਤੇਜ ਨਿਗਾਹ ਦੇ ਨਾਲ ਇਉਂ ਦੇਖਦੀ ਸੀ ਜਿਵੇਂ ਕੋਈ ਤਲਵਾਰ ਦਾ ਫੱਟ ਮਾਰਦੀ ਹੋਵੇ ਕੋਈ ਫੌਣੇ ਵਾਸਤੇ ਆਸ਼ਕਾਂ ਦੇ ਪੈ ਜ਼ੁਲਫਾਂ ਦੇ ਪੇਚ ਸਵਾਰ ਵੇਲੀ ਜ਼ੁਲਫਾਂ ਦੇ ਨਾਲ ਤੇ ਫੋਣੇ ਹੁੰਦਾ ਫਸਾਉਣ ਲਈ ਭਾਵ ਉਹਨਾਂ ਨੂੰ ਪ੍ਰਭਾਵਿਤ ਕਰਨ ਲਈ ਤਾਂ ਇਹਨਾਂ ਵਿੱਚੋਂ ਕਈ ਕੁੜੀਆਂ ਨੇ ਆਪਣੇ ਵਾਲਾਂ ਨੂੰ ਇੰਨਾ ਸ਼ਿੰਗਾਰਿਆ ਹੋਇਆ ਸੀਗਾ ਇੰਨਾ ਜਿਹੜਾ ਹੈ ਉਸ ਦੇ ਜਿਹੜੇ ਹੈਗੇ ਨੇ ਅਸੀਂ ਕਹਾਂ ਸਟਾਈਲ ਬਣਾਏ ਹੋਏ ਸੀਗੇ ਜਿਸ ਨੂੰ ਵੇਖ ਕੇ ਜਿਹੜੇ ਦੇਖਣ ਵਾਲੇ ਪ੍ਰਭਾਵਿਤ ਹੁੰਦੇ ਸੀ ਸਈਆਂ ਇੱਕ ਤੋਂ ਇੱਕ ਚੜੰਦੀਆਂ ਸਨ ਐਪਰ ਸੋਹਣੀ ਸੀ ਸਰਦਾ ਇਹ ਵੇਲੇ ਇੱਕ ਤੋਂ ਇੱਕ ਚੜੰਦੀਆਂ ਦਾ ਮਤਲਬ ਹੁੰਦਾ ਸੇਰ ਤੋਂ ਸਵਾ ਸੇਰ ਭਾਵ ਉਹ ਕੁੜੀਆਂ ਜਿਹੜੀਆਂ ਸਨ ਸਾਰੀਆਂ ਹੀ ਸਹੇਲੀਆਂ ਸਨ ਉਹ ਇੱਕ ਤੋਂ ਇੱਕ ਵੱਧ ਕੇ ਸੋਹਣੀ ਸੀ ਪਰੰਤੂ ਜਿਹੜੀ ਸੋਹਣੀ ਸੀ ਉਹ ਸਾਰੀਆਂ ਹੀ ਕੁੜੀਆਂ ਤੋਂ ਵੱਧ ਕੇ ਸੋਹਣੀ ਸੀ ਦੂਸਰਾ ਪੈਰਾ ਦਾ ਅਸਰ ਲੇਖ ਹੈਗਾ ਸੋਹਣੀ ਨਾਮ ਤਾਂ ਇਸ ਪੈਰਾਗ੍ਰਾਫ ਦੇ ਵਿੱਚ ਵੀ ਕਵੀ ਫਜ਼ਰ ਸ਼ਾ ਨੇ ਸੋਹਣੀ ਦੀ ਸੁੰਦਰਤਾ ਦਾ ਹੀ ਬਿਆਨ ਕੀਤਾ ਹੈਗਾ ਸੋਹਣੀ ਨਾਮ ਆਹਾ ਸੋਹਣੇ ਨੈਣ ਉਸ ਦੇ ਸੋਹਣੀ ਹਾਂਸਤ ਦੇਸ ਤੇ ਮੋਰ ਦੀ ਚਾਲ ਆਹੀ ਹੁਣ ਅਸੀਂ ਪਹਿਲੇ ਪੈਰਾਗ੍ਰਾਫ ਦੇ ਵਿੱਚ ਦੇਖਿਆ ਸੀਗਾ ਕਿ ਉਸਨੇ ਜਿਹੜਾ ਹੈ ਸੋਹਣੀ ਦੇ ਤਿਰੰਜਣ ਵਿੱਚ ਬੈਠੇ ਹੋਣ ਤੇ ਚਰਖਾ ਕੱਤਣ ਦਾ ਜ਼ਿਕਰ ਕੀਤਾ ਹੈ ਤੇ ਉਸ ਪੈਰਾਗ੍ਰਾਫ ਦੇ ਵਿੱਚ ਉਸਨੇ ਉਸ ਦੀਆਂ ਸਹੇਲੀਆਂ ਦੀ ਸੁੰਦਰਤਾ ਦਾ ਤੇ ਉਹਨਾਂ ਦੇ ਹਾਰ ਸ਼ਿੰਗਾਰ ਬਾਰੇ ਜਾਣਕਾਰੀ ਦਿੱਤੀ ਹੈ ਤੇ ਇਸ ਪੈਰਾਗ੍ਰਾਫ ਦੇ ਵਿੱਚ ਉਸਨੇ ਸਿਰਫ ਸੋਹਣੀ ਬਾਰੇ ਦੱਸਿਆ ਹੈਗਾ ਕਵੀ ਕਹਿੰਦਾ ਹੈਗਾ ਸੋਹਣੀ ਨਾਮ ਆਹਾ ਸੋਹਣੇ ਨੈਣ ਉਸ ਦੇ ਬੀਕ ਤਾਂ ਉਹਦਾ ਨਾਮ ਹੀ ਸੋਹਣਾ ਰੱਖਿਆ ਹੋਇਆ ਸੀ ਤੇ ਦੂਸਰੇ ਉਸ ਦੀਆਂ ਅੱਖਾਂ ਬੜੀਆਂ ਸੋਹਣੀਆਂ ਸੀਗੀਆਂ ਇਸ ਤੋਂ ਇਲਾਵਾ ਸੋਹਣੀ ਹੰਸ ਦੇਸ਼ ਤੇ ਮੋਰ ਦੀ ਚਾਲ ਆਹੇ ਤੇ ਉਸ ਦੀ ਜਿਹੜੀ ਚਾਲ ਸੀਗੀ ਉਹ ਹੰਸ ਅਤੇ ਮੋਰਾਂ ਦੀ ਚਾਲੋਂ ਵੀ maat ਪਾਉਣ ਵਾਲੀ ਸੀਗੀ ਵੀ ਉਹ ਇੰਨੀ ਸੋਹਣੀ ਸੀਗੀ ਸੋਹਣੇ ਦੰਦ ਰੁਖਸਾਰ ਅਨਾਰ ਵਾਂਗ ਤੇ ਉਸਦੇ ਦੰਦ ਬੜੇ ਸੋਹਣੇ ਸੀਗੇ ਅਤੇ ਉਸ ਦੀਆਂ ਗੱਲਾਂ ਅਨਾਰ ਵਰਗੀਆਂ ਸਨ ਸੋਹਣੇ ਮੁਖੜੇ ਤੇ ਸੋਹਣੀ ਖਾਲ ਆਹੀ ਖਾਲ ਦਾ ਅਰਥ ਹੁੰਦਾ ਕਿ ਤਿਲ ਵੀ ਉਹਦਾ ਜਿਹੜਾ ਚਿਹਰਾ ਬੜਾ ਹੀ ਸੋਹਣਾ ਸੀਗਾ ਤੇ ਉਸ ਸੋਹਣੇ ਚਿਹਰੇ ਦੇ ਉੱਤੇ ਇੱਕ ਤਿਲ ਬਣਿਆ ਹੋਇਆ ਸੀਗਾ ਤੇ ਜਿਸ ਦੇ ਨਾਲ ਉਸ ਦੀ ਸੁੰਦਰਤਾ ਹੋਰ ਵੱਧਦੀ ਸੀਗੀ ਸੋਹਣੇ ਵਾਲ ਕਮਾਲ ਦਰਾਜ ਉਸ ਦੇ ਦਰਾਜ ਹੁੰਦਾ ਲੰਬੇ ਉਸ ਦੇ ਵਾਲ ਬੜੇ ਹੀ ਸੋਹਣੇ ਸੀਗੇ ਤੇ ਬੜੇ ਹੀ ਲੰਬੇ ਸੀਗੇ ਸੋਹਣੇ ਹੋਠ ਸੁਰਖੀ ਲਾਲੋ ਲਾਲ ਆਹੀ ਤੇ ਉਸ ਦੇ ਜਿਹੜੇ ਹੋਠ ਸੀਗੇ ਉਹਨਾਂ ਨੂੰ ਉਸਨੇ ਸੁਰਖੀ ਦੇ ਨਾਲ ਲਾਲ ਸੁਹਾ ਕੀਤਾ ਹੋਇਆ ਸੀ ਫਜ਼ਲ ਸ਼ ਸੱਚ ਦੀ ਸੋਣੀ ਸੋਣੀ ਸੀ ਲੜੀ ਮੋਤੀਆਂ ਦੀ ਵੜ ਵੜ ਆਹੀ ਤਾਂ ਕਵੀ ਫਜ਼ਲ ਸ਼ਾ ਉਸ ਦੀ ਸੁੰਦਰਤਾ ਦਾ ਵਰਣਨ ਕਰਦਾ ਹੈ ਕਿ ਉਸ ਦਾ ਨਾਮ ਹੀ ਸੋਹਣਾ ਨਹੀਂ ਸੀ ਸਗੋਂ ਉਹ ਸੱਚਮੁੱਚ ਹੀ ਸੋਹਣੀ ਸੀ ਅਤੇ ਉਸ ਦਾ ਜਿਹੜਾ ਰੰਗ ਰੂਪ ਹੈ ਮੋਤੀਆਂ ਦੀ ਲੜੀ ਵਾਂਗ ਚਮਕਦਾ ਅਤੇ ਸੁੰਦਰ ਜਾਪਦਾ ਸੀ ਤੀਸਰਾ ਪੈਰਾਗ੍ਰਾਫ ਹੈ ਉਸ ਦੇ ਨੈਣ ਨਰਮ ਦੇ ਅੱਖ ਉਸ ਦੇ ਨੈਣ ਕਸੁੰਬੇ ਦੇ ਰੰਗ ਆਹੇ ਸੁਰਮਾ ਪਾਮ ਦੀ ਖੂਨ ਗੁਜ਼ਾਰਿਆਂ ਤਾਂ ਕਵੀ ਤਾਂ ਕਹਿੰਦਾ ਹੈਗਾ ਕਿ ਉਸ ਦੀਆਂ ਅੱਖਾਂ ਸਨ ਉਹ ਕਸੁੰਬੇ ਦੇ ਫੁੱਲ ਵਰਗੀਆਂ ਸੀਗੀਆਂ ਤੇ ਉਸ ਦੇ ਵਿੱਚ ਉਸ ਨੇ ਜਿਹੜਾ ਹੈ ਸੁਰਮਾ ਪਾਇਆ ਹੋਇਆ ਸੀਗਾ ਜਿਸ ਨੂੰ ਵੇਖ ਕੇ ਵੇਖਣ ਵਾਲਾ ਸਮਝ ਲੋ ਉਹਦੇ ਉੱਤੇ ਬੜਾ ਹੀ ਪ੍ਰਭਾਵਿਤ ਹੁੰਦਾ ਸੀਗਾ یوں ਲੱਗਦਾ ਸੀ ਵੇਖਣ ਵਾਲੇ ਨੂੰ ਕਤਲ ਕਰ ਦੇਸੀ ਨੱਕ ਵਾਂਗ ਤਲਵਾਰ ਦੀ ਧਾਰ ਆਹਾ ਪਾਏ ਪਾੜ ਹਜ਼ਾਰ ਵਿਚਾਰਿਆਂ ਨੂੰ ਅਤੇ ਉਸ ਦੀ ਜਿਹੜਾ ਨੱਕ ਸੀਗਾ ਤਲਵਾਰ ਦੀ ਧਾਰ ਵਾਂਗ ਤਿੱਖਾ ਸੀ ਤੇ ਜਿਸ ਨੂੰ ਵੇਖ ਕੇ ਹਜ਼ਾਰਾਂ ਲੋਕ ਹੀ ਕੁਰਬਾਨ ਹੋ ਜਾਂਦੇ ਸੀ ਮੱਥਾ 14ਵੀਂ ਰਾਤ ਦਾ ਚੰਦ ਆਹਾ ਸੂਰਜ ਕਰੇ ਕੁਰਬਾਨ ਸਤਾਰਿਆਂ ਨੂੰ ਤਾਂ ਉਸ ਦਾ ਜਿਹੜਾ ਮੱਥਾ ਸੀਗਾ 14ਵੀਂ ਦੇ ਚੰਦ ਵਾਂਗ 14ਵੀਂ ਰਾਤ ਦੇ ਚੰਦ ਵਾਂਗ ਚਮਕਦਾ ਸੀਗਾ ਤੇ ਹੁਣ 14ਵਾਂ ਦਾ ਚੰਨ ਕੀ ਹੁੰਦਾ ਆ ਵੀ ਜਿਹੜਾ ਅਸੀਂ ਕਹਿੰਦੇ ਪੂਰਨਮਾਸ਼ੀ ਦਾ ਚੰਨ ਹੁੰਦਾ ਨਾ ਉਸ ਤਰ੍ਹਾਂ ਹੀ ਹੁੰਦਾ ਹੈ ਉਸ ਮਤਲਬ ਉਸ ਤਰ੍ਹਾਂ ਹੀ ਜਿਹੜਾ ਪੂਰੇ ਚੰਨ ਦੇ ਨੇੜੇ ਜਿਹੜੇ ਹੁੰਦਾ ਹੈਗਾ ਵੀ 14ਵੇਂ ਦੇ ਚੰਦ ਵਰਗਾ ਉਸ ਦਾ ਮੱਥਾ ਸੀਗਾ ਅਤੇ یوں ਲੱਗਦਾ ਸੀਗਾ ਕਿ ਉਸ ਨੂੰ ਵੇਖ ਕੇ ਸੂਰਜ ਵੀ ਸਤਾਰਿਆਂ ਨੂੰ ਉਸ ਤੋਂ ਕੁਰਬਾਨ ਕਰ ਸਕਦਾ ਸੀ ਫਜ਼ਲ ਸ਼ਾ ਖਾਸ ਤਰ ਵੀ ਤਸਵੀਰ ਕਸ਼ਮੀਰ ਦੀ ਸੀ ਤਦੇ ਹੋਸ਼ ਨਹੀਂ ਦੇਖਣ ਹਾਰਿਆ ਹਣ ਫਜ਼ਲ ਸ਼ਾ ਉਸ ਦੀ ਸੁੰਦਰਤਾ ਦਾ ਜਿਹੜਾ ਕੰਪੈਰੀਸ਼ਨ ਕਰਦਾ ਹੈ ਕਿ ਉਹ ਤਾਂ ਇਉਂ ਲੱਗਦਾ ਸੀ ਜਿਵੇਂ ਉਹ ਕਸ਼ਮੀਰ ਦੀ ਸੁੰਦਰ ਤਸਵੀਰ ਹੋਵੇ ਅਤੇ ਉਸ ਨੂੰ ਵੇਖਣ ਵੇਖਣ ਵਾਲੇ ਲੋਕ ਆਪਣੀ ਹੋਸ਼ ਗਵਾ ਲੈਂਦੇ ਸਨ ਅਗਲਾ ਜੋ ਪੈਰਾਗ੍ਰਾਫ ਹੈ ਉਹ ਹੈ ਸੋਨੇ ਹੁਸਨ ਦੀ ਖਾਨ ਖਾਨ ਹੁੰਦੀ ਹੈ ਉਹ ਥਾਂ ਜਿੱਥੋਂ ਕੋਈ ਵੀ ਜੜਾ ਤੱਤ ਉਹ ਨਿਕਲਦੀਆਂ ਨੇ ਜਿਵੇਂ ਆਪਾਂ ਕਹਿੰਦੇ ਆਂ ਵੀ ਸੋਨੇ ਦੀ ਖਾਨ ਹਨਾ ਲੋਹੇ ਦੀ ਖਾਨ ਤਾਂ ਇਸ ਤਰ੍ਹਾਂ ਜਿਹੜਾ ਹੈ ਇਸ ਪੈਰਾਗ੍ਰਾਫ ਦੇ ਵਿੱਚ ਵੀ ਕਵੀ ਫਜ਼ਲ ਸ਼ਾਹ ਨੇ ਸੋਨੇ ਦੀ ਸੁੰਦਰਤਾ ਦਾ ਹੋਰ ਬਿਆਨ ਕੀਤਾ ਹੈ ਬਿਲਕੁਲ ਉਸ ਤਰ੍ਹਾਂ ਜਿਵੇਂ ਵਾਰਿਸ ਸ਼ਾਹ ਨੇ ਹੀਰ ਦੀ ਸੁੰਦਰਤਾ ਦਾ ਕਈ ਪੈਰਿਆਂ ਦੇ ਵਿੱਚ ਵਰਨਾ ਵਰਣਨ ਕਰਦਾ ਹੈਗਾ ਉਹ ਤੇ ਇਸ ਤਰ੍ਹਾਂ ਹੀ ਜਿਹੜਾ ਫਜ਼ਲ ਸ਼ਾਹ ਵੀ ਇੰਨਾ ਪੈਰਿਆਂ ਦੇ ਵਿੱਚ ਬਾਰੀ-ਬਾਰੀ ਜਿਹੜਾ ਹੈ ਸੋਹਣੀ ਦੀ ਸੁੰਦਰਤਾ ਦਾ ਵਰਣਨ ਕਰਦਾ ਹੈ ਸੋਹਣੀ ਹੁਸਨ ਦੀ ਖਾਨ ਉਸਨਾਕ ਆਹੀ ਟਿੱਕਾ ਵਾਂਗ ਸੂਰਜ ਲਟਾਂ ਮਾਰਦਾ ਸੀ ਹੁਣ ਇੱਥੇ ਉਸਨੇ ਉਸ ਦੇ ਹਾਰ ਸ਼ਿੰਗਾਰ ਦਾ ਜ਼ਿਕਰ ਕੀਤਾ ਹੈ ਗਹਿਣਿਆਂ ਦਾ ਜ਼ਿਕਰ ਕੀਤਾ ਹੈ ਵੀ ਉਹਨੇ ਕਿਹੜੇ-ਕਿਹੜੇ ਗਹਿਣੇ ਪਾਏ ਹੋਏ ਸੀ ਕਵੀ ਕਹਿੰਦਾ ਹੈ ਕਿ ਜਿਹੜੀ ਸੋਹਣੀ ਹੈ ਉਹ ਤਾਂ ਹੁਸਨ ਦੀ ਖਾਨ ਦੇ ਬਰਾਬਰ ਸੀ ਉਹਕ ਬੜੀ ਹੀ ਸਿਆਣੀ ਕੁੜੀ ਜਾਪਦੀ ਸੀ ਅਤੇ ਉਸ ਦੇ ਮੱਥੇ ਉੱਤੇ ਜਿਹੜਾ ਟਿੱਕਾ ਟਿੱਕਾ ਗਹਿਣਾ ਹੁੰਦਾ ਹੈ ਇੱਕ ਤੇ ਉਹ ਸੂਰਜ ਵਾਂਗ ਲਾਟਾਂ ਮਾਰਦਾ ਸੀ ਭਾਵ ਸੂਰਜ ਵਾਂਗ ਚਮਕਦਾ ਸੀਗਾ ਚੌਂਕ ਪਲੀ ਤੇ ਪੀਰ ਤੇ ਵਲੀ ਮੁਠੇ ਮੁਠੇ ਹੁੰਦਾ ਵੀ ਕਿਸੇ ਨੂੰ ਜਿਹੜਾ ਲੁੱਟ ਲੈਣਾ ਚੰਦਨ ਹਾਰ ਚਮਕਾਰ ਤਲਵਾਰ ਦਾ ਸੀ ਅਤਰਦਾਨ ਗੁਮਾਨ ਦੇ ਨਾਲ ਬੈਠਾ ਹੁਣ ਕਵੀ ਕਹਿੰਦਾ ਹੈਗਾ ਵੀ ਉਸਨੇ ਜਿਹੜਾ ਆਪਣੇ ਗਲ ਦੇ ਵਿੱਚ ਇੱਕ ਗਹਿਣਾ ਪੰਨਿਆ ਹੋਇਆ ਸੀਗਾ ਜਿਸ ਦਾ ਨਾਮ ਚੌਂਪ ਕਲੀ ਸੀ ਹੁੰਦਾ ਚੌਂਕ ਪਲੀ ਕਹਿੰਦਾ ਹੈ ਤਦ ਨੂੰ ਚੰਪਾ ਕਲੀ ਵੀ ਕਿਹਾ ਜਾਂਦਾ ਹੈ ਤੇ ਉਸ ਨੂੰ ਵੇਖ ਕੇ ਕਹਿੰਦਾ ਪੀਰ ਅਤੇ ਵਲੀ ਵੀ ਬੜੇ ਪ੍ਰਭਾਵਿਤ ਠੱਗ ਜਾਂਦੇ ਸਨ ਤੇ ਉਸ ਦਾ ਜਿਹੜਾ ਚੰਦਨ ਹਾਰ ਸੀ ਜਿਹੜਾ ਉਹਨੇ ਆਪਣੇ ਗਲ ਦੇ ਵਿੱਚ ਪੰਨਿਆ ਹੋਇਆ ਸੀਗਾ ਉਸ ਦੀ ਜਿਹੜੀ ਚਮਕ ਹੈ ਤਲਵਾਰ ਜਿੰਨੀ ਚੌਂਕ ਦੀ ਚਮਕ ਸੀਗੀ ਅਤਰਦਾਨ ਗੁਮਾਨ ਦੇ ਨਾਲ ਬੈਠਾ ਹੁਣ ਅਤਰਦਾਨ ਕੀ ਹੁੰਦਾ ਹੈ ਹਣ ਅਤਰਦਾਨ ਕੀ ਹੁੰਦਾ ਬਟਾ ਅਤਰਦਾਨ ਹੁੰਦਾ ਹੈ ਉਹ ਇੱਕ ਸੁਰਾਹੀ ਜਿਸ ਦੇ ਵਿੱਚ ਅਤਰ ਪੈਨ ਪਾਇਆ ਹੋਇਆ ਹੁੰਦਾ ਹੈ ਜਿਸ ਤਰ੍ਹਾਂ ਸੁਰਮੇ ਦੀ ਡਾਨੀ ਹੁੰਦੀ ਹੈ ਜਿਹਦੇ ਵਿੱਚ ਸੁਰਮਾ ਪਾਇਆ ਹੁੰਦਾ ਹੈ ਭਾਵ ਜਿਹੜਾ ਹੈ ਖੁਸ਼ਬੂ ਜਿਸ ਦੇ ਵਿੱਚ ਪਾਈ ਹੋਈ ਹੁੰਦੀ ਆ ਉਸ ਨੂੰ ਅਤਰਦਾਨ ਕਿਹਾ ਜਾਂਦਾ ਹੈ ਹੁਣ ਕਵੀ ਕਹਿੰਦਾ ਹੈਗਾ ਵੀ ਜਿਹੜਾ ਸੋਣੀ ਦਾ ਅਤਰਦਾਨ ਸੀਗਾ ਉਹ ਵੀ ਹੰਕਾਰ ਦੇ ਨਾਲ ਬੈਠਿਆ ਹੋਇਆ ਸੀ ਹੁਣ ਕਾਰਨ ਕੀ ਸੀਗਾ ਉਸ ਦੇ ਹੰਕਾਰ ਦਾ ਕਾਰਨ ਕੀ ਸੀਗਾ ਉਹ ਇਸ ਗੱਲ ਦਾ ਹੰਕਾਰ ਸੀਗਾ ਉਸ ਨੂੰ ਕਿ ਉਹ ਇੱਕ ਇੰਨੀ ਸੋਹਣੀ ਕੁੜੀ ਦੇ ਹਾਰ ਸ਼ਿੰਗਾਰ ਦੇ ਸਮਾਨ ਦੇ ਵਿੱਚ ਸ਼ਾਮਲ ਸੀਗਾ ਤੇ ਇਸ ਗੱਲ ਦਾ ਉਸ ਨੂੰ ਬੜਾ ਹੀ ਮਾਣ ਸੀ ਅਤੇ ਉਹ ਆਪਣੇ ਆਪ ਨੂੰ ਕੀ ਸਮਝਦਾ ਸੀ ਫੌਜਦਾਰ ਸ਼ਾਹ ਨਿਗਾਹ ਜੇ ਕਰੇ ਸੋਣੀ ਜੰਗ ਜਗ ਸ਼ਾਹ ਜਾ ਜਾਨ ਜਹਾਨ ਨੂੰ ਬਾਰਦਾ ਤੇ ਜਿਸ ਤਰ੍ਹਾਂ ਜਿਹੜਾ ਹੈ ਹਜ਼ਾਰਾਂ ਘੋੜਿਆਂ ਦਾ ਜਿਹੜਾ ਹੈ ਘੋੜ ਸਵਾਰਾਂ ਦੀ ਜਿਹੜੀ ਸੈਨਾ ਹੈ ਉਸ ਦਾ ਜਿਹੜਾ ਸੈਨਾਪਤੀ ਹੈ ਉਹੋ ਇਸ ਗੱਲ ਦਾ ਮਾਣ ਕਰਦਾ ਹੈ ਉਸ ਫੌਜ ਦਾ ਸਰਦਾਰ ਮਾਣ ਕਰਦਾ ਹੈ ਉਸ ਤਰ੍ਹਾਂ ਦਾ ਹੀ ਮਾਣ ਇਹ ਜਿਹੜਾ ਅਤਰਦਾਨ ਕਰ ਰਿਹਾ ਸੀਗਾ ਫੌਜਦਾਰ ਸ਼ਾਨ ਨਿਗਾਹੇ ਕਰੇ ਸੋਣੀ ਜਗ ਜਾਨ ਜਹਾਨ ਨੂੰ ਭਾਰਦਾ ਸੀ ਤੇ ਜਿਹੜਾ ਇਹ ਕਵੀ ਕਹਿੰਦਾ ਹੈਗਾ ਕਿ ਉਹ ਕੁੜੀ ਇੰਨੀ ਸੋਹਣੀ ਸੀ ਸੋਹਣੀ ਇੰਨੀ ਸੋਹਣੀ ਸੀਗੀ ਕਿ ਉਸ ਕਿਸੇ ਪਾਸੇ ਵੀ ਨਿਗਾਹ ਮਾਰ ਕੇ ਦੇਖਤੀ ਸੀਗੀ ਤਾਂ ਸਾਰਾ ਜਹਾਨ ਉਸ ਤੋਂ ਆਪਣੀ ਜਾਨ ਮਾਰਨ ਲਈ ਤਿਆਰ ਹੋ ਜਾਂਦਾ ਸੀਗਾ ਅਗਲਾ ਪੈਰਾਗ੍ਰਾਫ ਬਾਜੂਬੰਦ ਆਹੇ ਬੰਦ ਆਸ਼ਿਕਾਂ ਦੇ ਹੁਣ ਬਾਜੂਬੰਦ ਕੀ ਹੁੰਦੇ ਨੇ ਉਹ ਕਹਿਣ ਦਾ ਭਾਵ ਕਿ ਇਹ ਸਾਰੇ ਪੈਰਾਗ੍ਰਾਫ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਵੀ ਨੇ ਸੋਹਣੀ ਦੀ ਪ੍ਰਸ਼ੰਸਾ ਕੀਤੀ ਹੋਈ ਹੈ ਉਸ ਦੀ ਸੁੰਦਰਤਾ ਦੀ ਉਸ ਦੇ ਗਹਿਣਿਆਂ ਦੀ ਤਾਂ ਹੁਣ ਬਾਜੂਬੰਦ ਹੁੰਦੇ ਨੇ ਹੱਥਾਂ ਵਿੱਚ ਬੰਨਣ ਵਾਲੇ ਜਾਣੇ ਬਾਜੂਬੰਦ ਆਹੇ ਬੰਦ ਆਸ਼ਿਕਾਂ ਦੇ ਲੱਖ ਬੰਦਿਆਂ ਨੂੰ ਬੰਦੀ ਬਾਨ ਕੀਤਾ ਤਾਂ ਹੁਣ ਕਵੀ ਕਹਿੰਦਾ ਹੈਗਾ ਕਿ ਸੋਹਣੀ ਨੇ ਆਪਣੇ ਹੱਥਾਂ ਦੇ ਵਿੱਚ ਇੰਨੇ ਸੋਹਣੇ ਬਾਜੂਬੰਦ ਪੈਨੇ ਹੋਏ ਸੀਗੇ ਕਿ ਉਸਨੇ ਆਪਣੇ ਆਸ਼ਿਕਾਂ ਦੇ ਦਰਵਾਜ਼ੇ ਹੀ ਬੰਦ ਕਰ ਦਿੱਤੇ ਸਨ ਪਾ ਬਹੁਤ ਪ੍ਰਭਾਵਿਤ ਕੀਤਾ ਹੋਇਆ ਸੀ ਲੱਖਾਂ ਬੰਦਿਆਂ ਨੂੰ ਬੰਦੀ ਬਾਨ ਕੀਤਾ ਕਾਲੇ ਕੇਸ ਆਹੋ ਉਹਦੇ ਉੱਤਰ ਅਤਰ ਪਿੰਨੇ ਇਸ ਤੋਂ ਇਲਾਵਾ ਉਸ ਦੇ ਜਿਹੜੇ ਕਾਲੇ ਕੇਸ ਸੀਗੇ ਜਿਸ ਦੇ ਉੱਤੇ ਉਸ ਨੇ ਖੁਸ਼ਬੂ ਛਿੜਕੀ ਹੋਈ ਸੀਗੀ ਖੁਸ਼ਬੂ ਅਤਰ ਦੇ ਰੰਗ ਭਿੱਜੇ ਹੋਏ ਸਨ ਲੰਬੇ ਸਨ ਕਾਲੇ ਸਨ ਤੇ ਉਸ ਦੇ ਉਸ ਤੋਂ ਜਿਹੜਾ ਹੈ ਲੱਖਾਂ ਹੀ ਬੰਦੇ ਪ੍ਰਭਾਵਿਤ ਹੋਏ ਸਮਝ ਲਓ ਵੀ ਉਸ ਨੇ ਲੱਖਾਂ ਹੀ ਬੰਦਿਆਂ ਨੂੰ ਕੈਦ ਕਰ ਲਿਆ ਉਸ ਦੇ ਕਾਲੇ ਕੇਸਾਂ ਨੇ ਕਾਲੇ ਕੇਸਾਂ ਨੇ ਦੇਖ ਤੂਫਾਨ ਕੀਤਾ ਕਈ ਮੋਮਨਾ ਸਾਫ਼ ਇਮਾਨੀਆਂ ਨੂੰ ਉਸ ਦੀ ਜ਼ulf ਕਾਲੀ ਪਰੇਸ਼ਾਨ ਕੀਤਾ ਪਾ ਜ਼ੇ ਫਰੇਵ ਦੇ ਪੇਚ ਪਰ ਤਾਂ ਹੁਣ ਉਹ ਕੀ ਕਹਿੰਦਾ ਹੈਗਾ ਵੀ ਉਸ ਦੇ ਜਿਹੜੇ ਕਾਲੇ ਨੈਣ ਸਨ ਬੜੇ ਪ੍ਰਭਾਵਿਤ ਕਰਨ ਵਾਲੇ ਸਨ ਉਸ ਨੇ ਆਲੇ ਦੁਆਲੇ ਤੂਫਾਨ ਹੀ ਮਚਾ ਦਿੱਤਾ ਸੀ ਤੇ ਉਸ ਉਹਨਾਂ ਨੂੰ ਵੇਖ ਕੇ ਜਿਹੜਾ ਹੈ ਬਹੁਤ ਇਮਾਨ ਦੇ ਵਿੱਚ ਪੱਕੇ ਲੋਕ ਮੋਮਨ ਸਾਫ ਇਮਾਨੀਆ ਵੀ ਧਰਮ ਦੇ ਕਰਮ ਦੇ ਵਿੱਚ ਪੱਕੇ ਲੋਕ ਸਨ ਉਹ ਵੀ ਪ੍ਰਭਾਵਿਤ ਹੋਏ ਤੇ ਉਸ ਦੀ ਜ਼ੁਲਫ਼ ਕਾਲੀ ਪਰੇਸ਼ਾਨ ਕੀਤਾ ਪਾ ਜੇ ਫਰੇਮ ਦੇ ਪੇਚ ਪਾਏ ਤੇ ਉਸ ਦੀ ਜਿਹੜੇ ਕਾਲੇ ਵਾਲ ਸਨ ਉਸ ਨੇ ਵੀ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੋਇਆ ਸੀਗਾ ਤੇ ਉਸ ਦੇ ਪੈਰਾਂ ਵਿੱਚ ਪਾਈਆਂ ਹੋਈਆਂ ਪਜ਼ੇਬ ਉਹ ਉਹ ਵੀ ਇੰਨੀਆਂ ਸੋਹਣੀਆਂ ਸਨ ਕਿ ਸਾਰਿਆਂ ਨੂੰ ਪ੍ਰਭਾਵਿਤ ਕਰਦੀਆਂ ਸੀਗੀਆਂ ਕਵੀ ਕਹਿੰਦਾ ਹੈਗਾ ਵੀ ਉਸ ਦੀ ਜਿਹੜੀ ਪਜ਼ੇਬ ਸੀਗੀ ਉਸ ਨੇ ਜਿਹੜਾ ਹੈ ਆਪਣੇ ਆਸ਼ਿਕਾਂ ਨੂੰ ਤੋਖੇ ਦੇ ਪੇਚ ਪਾ ਕੇ ਕਾਬੂ ਕਰ ਲਿਆ ਸੀਗਾ ਕੰਨ ਫੂਲ ਮਲੂਲ ਜਹਾਨ ਕੀਤਾ ਤੇ ਉਸਦੇ ਕੰਨਾਂ ਵਿੱਚ ਇੱਕ ਗਹਿਣਾ ਪਾਇਆ ਹੋਇਆ ਸੀਗਾ ਕੰਨ ਫੂਲ ਉਹਨੂੰ ਕੰਨ ਫੂਲ ਕਹਿੰਦੇ ਨੇ ਤਾਂ ਉਸ ਨੇ ਸਾਰੇ ਸੰਸਾਰ ਨੂੰ ਭਾਵ ਇੰਨਾ ਪ੍ਰਭਾਵਿਤ ਕੀਤਾ ਸੀਗਾ ਕਿ ਲੋਕ ਉਸ ਨੂੰ ਦੇਖ ਕੇ ਆਹਾ ਭਰਦੇ ਸਨ ਦੋਣੀ ਘੱਤ ਸ਼ੋਣੀ ਬੱਠੀ ਹੁਸਨ ਉਹ ਤੇ ਹੁਣ ਅੱਗੇ ਕੀ ਹੈ ਦੋਣੀ ਹੁੰਦੀ ਹੈ ਮੱਥੇ ਤੇ ਪਹਿਨਣ ਵਾਲਾ ਇੱਕ ਗਹਿਣਾ ਜਿਸ ਤਰ੍ਹਾਂ ਟਿੱਕੇ ਦੀ ਗੱਲ ਹੈ ਇਸ ਤਰ੍ਹਾਂ ਹੀ ਦੋਣੀ ਤਾਂ ਕਵੀ ਕਹਿੰਦਾ ਹੈਗਾ ਕਿ ਉਸ ਦੀ ਜਿਹੜੀ ਦੌਣੀ ਹੈਗੀ ਆ ਮੱਥੇ ਉੱਤੇ ਪੈਣੀ ਇੰਉਂ ਲੱਗਦੀ ਸੀਗੀ ਵੀ ਉਹ ਤਾਂ ਸੁੰਦਰਤਾ ਦੀ ਇੱਕ ਛੌਣੀ ਪਾ ਕੇ ਬੈਠ ਗਈ ਹੋਵੇ ਹੁਣ ਛੌਣੀ ਦਾ ਤਾਂ ਪਤਾ ਡੇਰਾ ਲਾਉਣਾ ਹਨ ਤੇ ਰਾਖੀ ਹੁਸਨ ਦਾ ਖੂਸ ਸਮਾਨ ਕੀਤਾ ਤੇ ਕਵੀ ਕਹਿੰਦਾ ਹੈਗਾ ਵੀ ਇੰਉਂ ਲੱਗਦਾ ਹੈ ਵੀ ਜਿਹੜੀ ਦੌਣੀ ਹੈ ਉਹ ਉਸ ਦੇ ਹੁਸਨ ਦੀ ਸੁੰਦਰਤਾ ਦੀ ਰਾਖੀ ਕਰਨ ਦੇ ਲਈ ਬੈਠੀ ਸੀ ਫਜ਼ਲ ਸ਼ਾ ਮੀਆਂ ਨਾਲੇ ਪੱਟਦੇ ਨੇ ਨਾਲੇ ਪੱਟ ਜ਼ਹਾਨ ਵਹਿਰਾਨ ਕੀਤਾ ਹੁਣ ਇੱਥੇ ਪਹਿਲਾ ਜੋ ਪੱਟ ਹੈ ਇਹਦਾ ਮਤਲਬ ਹੁੰਦਾ ਰੇਸ਼ਮ ਤੇ ਦੂਸਰਾ ਹੁੰਦਾ ਪੱਟ ਦੇਣਾ ਇੱਥੇ ਮਤਲਬ ਹੁੰਦਾ ਕਿਸੇ ਨੂੰ ਖਰਾਬ ਕਰ ਦੇਣਾ ਤਬਾਹ ਕਰ ਦੇਣਾ ਆਪਾਂ ਕਹਿੰਦੇ ਉਹਦਾ ਘੱਟ ਪੱਟ ਦਿੱਤਾ ਹਨਾ ਇੱਥੇ ਇਹਦਾ ਅਰਥ ਇਹ ਹੈ ਇੱਥੇ ਹੈਗਾ ਰੇਸ਼ਮ ਠੀਕ ਤਾਂ ਹੁਣ ਪਹਿਲੀ ਲਾਈਨ ਦੇ ਵਿੱਚ ਕੀ ਹੈ ਦਾ ਅਰਥ ਇਹਦਾ ਮਤਲਬ ਇਹ ਪ੍ਰਾਣ ਸਮੇਂ 'ਚ ਘੱਗਰਾ ਪਹਿਨਦੀਆਂ ਸੀਗੀਆਂ ਔਰਤਾਂ ਤੇ ਘੱਗਰੇ ਦੇ ਵਿੱਚ ਜੋ ਨਾਲਾ ਪਹਿਨੇ ਹੁੰਦਾ ਸੀ ਉਹਦੇ ਤੇ ਘੰਗੂਰੂ ਲੱਗੇ ਹੁੰਦੇ ਸੀਗੇ ਤਣੇ ਤੱਕ ਫਜ਼ਲ ਸ਼ਾਹ ਕੀ ਕਹਿੰਦਾ ਹੈਗਾ ਵੀ ਉਸਦੇ ਰੇਸ਼ਮ ਦਾ ਜੋ ਨਾਲਾ ਉਸਨੇ ਪਾਇਆ ਹੋਇਆ ਸੀਗਾ ਉਹਨੂੰ ਇੰਨਾ ਸ਼ਿੰਗਾਰਿਆ ਹੋਇਆ ਸੀਗਾ ਕਿ ਉਸਨੂੰ ਵੇਖ ਕੇ ਵੀ ਜਿਹੜਾ ਹੈ ਸਾਰੇ ਜਿਹੜੇ ਲੋਕ ਹੈਗੇ ਨੇ ਉਹ ਬਰਬਾਦ ਹੋ ਗਏ ਅਗਲਾ ਜੋ ਪੈਰਾਗ੍ਰਾਫ ਹੈ ਉਹ ਹੈ ਮੋਹਨ ਮਾਲਾ ਨੇ ਮੂੰਹ ਜ਼ਹਾਨ ਲਿਆ ਮੋਹਨ ਮਾਲਾ ਕੰਠਮਾਲਾ ਇਹ ਨਾਮ ਤੇ ਇਹ ਜਿਹੜੇ ਨੇ ਗਲ ਦੇ ਵਿੱਚ ਪਹਿਨੇ ਜਾਣ ਵਾਲੇ ਗਹਿਣੇ ਹੈਗੇ ਨੇ ਇਸ ਤੋਂ ਇਲਾਵਾ ਹੈਂਕਲ ਵੀ ਜਿਹੜਾ ਗਲ ਵਿੱਚ ਪਹਿਨਾ ਜਾਣ ਵਾਲਾ ਹੀ ਗਹਿਣਾ ਹੈਗਾ ਠੀਕ ਹੈ ਮਤਲਬ 3-4 ਗਹਿਣੇ ਨੇ ਦੇਖੋ ਮੋਹਣ ਵਾਲਾ ਕੰਠਮਾਲਾ ਨਾਮ ਤੇ ਹੈਂਕਲ ਇਹ ਕੰਨਾਂ ਵਿੱਚ ਪਹਿਨੇ ਜਾਣ ਵਾਲੇ ਗਹਿਣੇ ਹੈਗੇ ਨੇ ਝੁੰਕੀਆਂ ਕੰਨਾਂ ਨਾ ਸੋਰੀ ਗਲੇ 'ਚ ਪਹਿਨਣ ਵਾਲੇ ਸਾਰੇ ਗਹਿਣੇ ਨੇ ਚਾਰ ਮੋਹਣ ਵਾਲਾ ਕੰਠਮਾਲ ਨਾਮ ਤੇ ਹੈਂਕਲ ਠੀਕ ਹੈ ਇਹ ਇਹ ਗਲ ਚ ਪੈਣ ਵਾਲੇ ਗਹਿਣੇ ਤੇ ਚੁੰਮਕੀਆਂ ਕੰਨਾਂ ਚ ਪੈਣ ਵਾਲੀ ਠੀਕ ਤੇ ਛੱਲੇ ਜਿਵੇਂ ਹੱਥਾਂ ਦੇ ਵਿੱਚ ਪੈਣੇ ਜਾਣ ਵਾਲੇ ਚ ਹੁੰਦੇ ਹੈਗੇ ਨੇ ਗਹਿਣ ਤਾਂ ਇਹਨਾਂ ਲਾਈਨਾਂ ਦੇ ਵਿੱਚ ਕਵੀ ਨੇ ਪਹਿਲਾਂ ਦੀ ਤਰ੍ਹਾਂ ਹੀ ਗਹਿਣਿਆਂ ਦੀ ਗੱਲਾਂ ਕੀਤੀਆਂ ਹੈਗੀਆਂ ਨੇ ਵੀ ਜਿਹੜੀ ਮੋਹਨ ਮਾਲਾ ਉਹਨੇ ਗਲ ਦੇ ਵਿੱਚ ਪੈਣੀ ਹੋਈ ਸੀ ਉਹਦੇ ਬਾਰੇ ਦੱਸਦਾ ਹੈ ਮੋਹਨ ਮਾਲਾ ਨੇ ਮੋਜਹਾਨ ਲਿਆ ਕੰਠ ਮਾਲ ਕੀਤੀ ਕਦਨ ਜਾਨਕ ਜਾਣੀ ਜਾਣੀ ਕਵੀ ਕਹਿੰਦਾ ਹੈ ਵੀ ਸੋਹਣੀ ਦੇ ਗਲ ਦੇ ਵਿੱਚ ਪਾਈ ਹੋਈ ਜਿਹੜੀ ਮੋਹਨ ਮਾਲਾ ਸੀ ਉਸ ਨੇ ਸਾਰੇ ਜਹਾਨ ਨੂੰ ਮੋਹ ਲਿਆ ਸੀਗਾ ਅਤੇ ਉਸ ਦੀ ਜਿਹੜੇ ਕੰਠਮਾਲ ਪੈਣੀ ਹੋਈ ਸੀ ਗਲੇ ਦੇ ਵਿੱਚ ਤੇ ਉਹ ਤਾਂ ਦੇਖਣ ਵਾਲਿਆਂ ਨੂੰ ਕਤਲ ਕਰਦੀ ਸੀਗੀ ਤੇ ਉਸ ਦੇ ਗਲ ਦੇ ਵਿੱਚ ਪਾਏ ਹੋਏ ਨਾਮ ਨੇ ਸਾਰੇ ਲੋਕਾਂ ਨੂੰ ਸਮਝ ਲਓ ਦੇਖਣ ਵਾਲਿਆਂ ਨੂੰ ਬਦਨਾਮ ਕਰਨ ਤੱਕ ਜਿਹੜੀ ਹੈ ਉਹਦੀ ਗੁੰਜਾਇਸ਼ ਸੀਗੀ ਤੇ ਉਸ ਦੇ ਜਿਹੜੇ ਗਲ ਦੇ ਵਿੱਚ ਪਾ ਹੈ ਗਹਿਣਾ ਹੈਂਕਲ ਸੀਗਾ ਉਹੋ ਸਾਰੇ ਜਹਾਨ ਨੂੰ ਕਮਲਾ ਕਰਨ ਲਈ ਕਾਫੀ ਸੀ ਕੰਨੀਆਂ ਸੋਹਣੀਆਂ ਝੁੰਮਕੀਆਂ ਝੁਮਕਲਾਈ ਚੰਨ ਚਮਕਦਾ ਜਿਵੇਂ ਅਸਮਾਨ ਜਾਂ ਨੇ ਦੇ ਉਸ ਦੇ ਕੰਨਾਂ ਵਿੱਚ ਪਾਏ ਹੋਏ ਜਿਹੜੇ ਝੁੰਮਕੇ ਸਨ ਉਹ ਇੰਨੇ ਕੁ ਸੋਹਣੇ ਸੀਗੇ ਕਿ ਚਮਕ ਉਹ ਚਮਕਾ ਮਾਰ ਰਹੇ ਸੀਗੇ ਓਹ ਲੱਗਦਾ ਸੀਗਾ ਜਿਵੇਂ ਅਸਮਾਨ ਦੇ ਵਿੱਚ ਰਾਤ ਨੂੰ ਚੰਦ ਚਮਕਦਾ ਹੈ ਫਜ਼ਲ ਸ਼ਾਹ ਛੱਲੇ ਬਲਦਾਰ ਉਸ ਦੇ ਇੱਕ ਪਾਲਕ ਅੰਦਰ ਜਲ ਜਾਣ ਜੰਨਲ ਬਲਦਾਰ ਹੁੰਦੇ ਨੇ ਵੀ ਜਿਹੜੇ ਅਸੀਂ ਕਹਿ ਸਕਦੇ ਹੈਗੇ ਆ ਵੀ ਕੁੰਡਲਾਂ ਵਾਲੇ ਵੀ ਉਸ ਦੇ ਬਲਦਾਰ ਜਿਹੜੇ ਛੱਲੇ ਪੈਨੇ ਹੋਏ ਸੀਗੇ ਉਸ ਨੇ ਪਾਵਰ ਡਿਜ਼ਾਈਨ ਵਾਲੇ ਤਾਂ ਉਹ ਸਾਰਿਆਂ ਦੀ ਨੂੰ ਜਿਹੜਾ ਪ੍ਰਭਾਵਿਤ ਕਰਨ ਲਈ ਕਾਫੀ ਸਨ ਤੇ ਉਹ ਇੱਕ ਹੀ ਪਲ ਦੇ ਵਿੱਚ ਸਾਰਿਆਂ ਨੂੰ ਪ੍ਰਭਾਵਿਤ ਕਰ ਲੈਂਦੇ ਸ। ਪਲਕ ਹੁੰਦਾ ਅੱਖ ਚਮਕਣ ਜਿੰਨਾ ਸਮਾਂ ਵੀ ਇੱਕ ਪਲਕ ਦੇ ਵਿੱਚ ਹੀ ਉਹਦੇ ਜਿਹੜੇ ਹੱਥਾਂ ਵਿੱਚ ਪੈਨੇ ਹੋਏ ਵਾਲਦਾਰ ਛੱਲੇ ਸੀ ਸਾਰਿਆਂ ਨੂੰ ਪ੍ਰਭਾਵਿਤ ਕਰ ਲੈਂਦੇ ਸੀਗੇ। ਤਾਂ ਇਸ ਦਾ ਇਹਨਾਂ ਸਾਰੀਆਂ ਸਤਰਾਂ ਦੇ ਵਿੱਚ ਕਵੀ ਫਜ਼ਲ ਸ਼ਾਹ ਨੇ ਸੋਣੀ ਦੀ ਸੁੰਦਰਤਾ ਅਤੇ ਉਸਦੇ ਹਾਰ ਸ਼ਿੰਗਾਰਸ ਤੇ ਉਸਦੇ ਗਹਿਣਿਆਂ ਦਾ ਜ਼ਿਕਰ ਕੀਤਾ ਹੈਗਾ ਤੇ ਹੁਣ ਆਪਾਂ ਇਸ ਭਾਗ ਦਾ ਜੋ ਅਗਲਾ ਕੰਮ ਹੈ ਉਹ ਕਰਦੇ ਹੈਗੇ ਫਜ਼ਲ ਸ਼ਾਹ ਦੀ ਜਿੰਨੀ ਕਵਿਤਾ ਮਦ ਕਰ ਲਈ ਤੇ ਮੁੱਢਲੇ ਵਸਤੀਵੰਤੀ ਕਾਲ ਦੀ ਪੰਜਾਬੀ ਕਵਿਤਾ ਪੁਸਤਕ ਦੇ ਵਿੱਚ ਦਰਜ ਹੈ ਉਸ ਦਾ ਵਿਸ਼ਾ ਵਸਤੂ ਦੱਸੋ ਮਦ ਗਲ ਅਤੇ ਮੁੱਢਲੇ ਵਸਤੀਵੰਤੀ ਕਾਲ ਦੀ ਪੰਜਾਬੀ ਕਵਿਤਾ ਪੁਸਤਕ ਦੇ ਵਿੱਚ ਸ਼ਾਮਲ ਫਜ਼ਲ ਸ਼ਾਹ ਦੀ ਕਵਿਤਾ ਦਾ ਵਿਸ਼ਾ ਜਵਾਨ ਹੋ ਰਹੀ ਸੋਹਣੀ ਦੀ ਸੁੰਦਰਤਾ ਉਸ ਦੇ ਹਾਰ ਸ਼ਿੰਗਾਰ ਤੇ ਨਾਲ ਉਸ ਦੀਆਂ ਸਹੇਲੀਆਂ ਦੀ ਸੁੰਦਰਤਾ ਅਤੇ ਹਾਰ ਸ਼ਿੰਗਾਰ ਦਾ ਵਰਣਨ ਕਰਦਾ ਹੈ ਕਰਨਾ ਹੈ ਜੋ ਕਿ ਬੜਾ ਹੀ ਆਦੁੱਪਤ ਅਤੇ ਰੋਮਾਂਟਿਕ ਭਾਵਨਾਵਾਂ ਦੇ ਨਾਲ ਭਰਪੂਰ ਹੈ ਕਵੀ ਕਹਿੰਦਾ ਹੈ ਕਿ ਸੋਣੀ ਦਾ ਨਾਮ ਵੀ ਸੋਣੀ ਸੀ ਤੇ ਇਸ ਦੇ ਨਾਲ ਨਾਲ ਉਹ ਆਦੁੱਪਤ ਸੁੰਦਰਤਾ ਦੀ ਮਾਲਕ ਵੀ ਸੀ ਉਸ ਦੀਆਂ ਗੱਲਾਂ ਅਨਾਰ ਵਰਗੀਆਂ ਸਨ ਤੇ ਉਸ ਦੇ ਮੂੰਹ ਤੇ ਸੋਹਣਾ ਤਿਲ ਸੀ ਉਸ ਦੇ ਵਾਲ ਲੰਬੇ ਅਤੇ ਬੁੱਲ ਲਾਲ ਸੁਰਖ ਸਨ ਉਹ ਹੰਸ ਅਤੇ ਮੋਰਾਂ ਵਰਗੀ ਮਸਤ ਚਾਲ ਚੱਲਦੀ ਸੀ ਉਸ ਦੇ ਨੈਣ ਕਸੁੰਬੇ ਦੇ ਫੁੱਲ ਵਰਗੇ ਸ਼ੋਕ ਸਨ ਅਤੇ ਆਸ਼ਿਕਾਂ ਦਾ ਖੂਨ ਕਰਨ ਲਈ ਉਹਨਾਂ ਵਿੱਚ ਸੁਰਮਾ ਪਾਇਆ ਹੋਇਆ ਸੀ ਉਸਨੇ ਉਸ ਦਾ ਨੱਕ ਤਲਵਾਰ ਦੀ ਧਾਰ ਵਰਗਾ ਸੀ ਜਿਸ ਨਾਲ ਉਹ ਹਜ਼ਾਰਾਂ ਨੂੰ ਲੁੱਟ ਲੈਂਦੀ ਸੀ ਤੇ ਉਸ ਦਾ ਮੱਥਾ ਚੌਦਵੇਂ ਦੇ ਚੰਨ ਵਰਗਾ ਸੀ ਜਿਸ ਤੋਂ ਸੂਰਜ ਵੀ ਆਪਣੇ ਤਾਰੇ ਕੁਰਬਾਨ ਕਰਦਾ ਸੀ ਉਹ ਤਾਂ ਕਸ਼ਮੀਰ ਦੀ ਤਸਵੀਰ ਹੀ ਜਾਪਦੀ ਸੀ ਜਿਸ ਦੇ ਹੁਸਨ ਨੂੰ ਵੇਖਣ ਵਾਲਿਆਂ ਦੀ ਹੋਸ਼ ਗੁੰਮ ਹੋ ਜਾਂਦੀ ਸੀ ਉਸ ਦੇ ਬੋਲ ਲਾਲ ਸੁਰਖਸਨ ਸੋਣੀ ਦੁਆਰਾ ਪੈਨੇ ਹੋਏ ਗਹਿਣੇ ਉਸਦੇ ਹੁਸਨ ਨੂੰ ਚਾਰ ਚੰਨ ਲਾਉਂਦੇ ਸਨ ਉਸਦੇ ਮੱਥੇ ਉੱਤੇ ਪੈਨੇ ਹਾ ਟਿੱਕਾ ਸੂਰਜ ਵਾਂਗ ਲਪਟਾ ਮਾਰਦਾ ਸੀ ਉਸਦੀ ਚੌਂਕ ਚੌਂਪ ਕਲੀ ਨੇ ਵੱਡੇ ਵੱਡੇ ਪੀਰਾਂ ਤੇ ਵੱਲੀਆਂ ਨੂੰ ਲੁੱਟ ਲਿਆ ਸੀ ਉਸਦਾ ਚੰਦਨ ਹਾਰ ਤਲਵਾਰ ਵਾਂਗ ਚਮਕਦਾ ਚਮਕਦਾ ਸੀ ਤੇ ਅਤਰਦਾਨ ਆਪਣੇ ਹੀ ਗੁਮਾਨ ਦੇ ਵਿੱਚ ਸੀ ਇਸੇ ਪ੍ਰਕਾਰ ਉਸਦੇ ਬਾਜੂਬੰਦ ਕਾਲੇ ਕੇਸ ਕਾਲੇ ਨੈਣ ਜ਼ੁਲਫਾਂ ਪੰਜੇਬਾਂ ਕੰਨ ਫੂਲ ਮੱਥੇ ਦੀ ਦੌਣੀ ਰੇਸ਼ਮੀ ਨਾਲਾ ਕੰਠਮਾਲਾ ਮੋਹਨਮਾਲਾ ਨਾਮ ਤੇ ਕੰਨਾਂ ਵਿੱਚ ਪਾਈਆਂ ਝੁੰਮਕੀਆਂ ਅਤੇ ਛੱਲੇ ਸਾਰੇ ਆਸ਼ਿਕਾਂ ਉੱਤੇ ਜਾਦੂਮਈ ਪ੍ਰਭਾਵ ਪਾ ਕੇ ਉਹਨਾਂ ਨੂੰ ਕਮਲੇ ਬਣਾ ਰਹੇ ਸਨ ਇਸ ਪ੍ਰਕਾਰ ਕਵੀ ਕਹਿੰਦਾ ਹੈ ਕਿ ਸੋਹਣੀ ਆਦਪੁੱਤ ਅਤੇ ਜਾਦੂਮਈ ਪ੍ਰਭਾਵ ਵਾਲੀ ਸੁੰਦਰਤਾ ਦੀ ਮਾਲਕ ਸੀ ਸੋਹਣੀ ਦੀਆਂ ਤਰਿੰਜਣ ਦੀਆਂ ਸਹਿਲੀਆਂ ਦੀ ਸੁੰਦਰਤਾ ਅਤੇ ਹਾਰਤ ਸ਼ਿੰਗਾਰ ਦਾ ਜ਼ਿਕਰ ਕਰਦੇ ਆ ਕਵੀ ਕਹਿੰਦਾ ਹੈ ਕਿ ਉਹਨਾਂ ਵਿੱਚੋਂ ਕਿਸੇ ਨੇ ਦੰਦਾਸਮ ਮਲਿਆ ਹੋਇਆ ਸੀ ਤੇ ਕਿਸੇ ਨੇ ਸੁਰਖੀ ਤੇ ਹਾਰ ਸ਼ਿੰਗਾਰ ਲਾਇਆ ਹੋਇਆ ਸੀ। ਕਿਸੇ ਨੇ ਅੱਖਾਂ ਵਿੱਚ ਨੋਕਦਾਰ ਧਾਰ ਲਾ ਕੇ ਸੁਰਮਾ ਜਾਂ ਕੱਜਲ ਪਾਇਆ ਹੋਇਆ ਸੀ। ਕੋਈ ਹੁਸਨ ਦੇ ਹੰਕਾਰ ਦੇ ਨਾਲ ਭਰੀ ਹੋਈ ਸੀ ਤੇ ਕੋਈ ਪਿਆਰ ਨਾਲ ਗੱਲ ਕਰਦੀ ਸੀ। ਕੋਈ ਤੇਜ ਨਿਗਾਹ ਨਾਲ ਦੇਖਦੀ ਹੋਈ ਨਾਣਾ ਦੀਆਂ ਤੇਜ ਕਟਾਰੀਆਂ ਚਲਾਉਂਦੀ ਸੀ। ਕੋਈ ਆਪਣੇ ਆਸ਼ਿਕਾਂ ਨੂੰ ਪਹੁੰਚਣ ਦੇ ਲਈ ਜ਼ੁਲਫਾਂ ਦੇ ਪੇਚ ਸਵਾਰ ਕੇ ਰੱਖਦੀ ਸੀ ਤੇ ਇਸ ਤਰ੍ਹਾਂ ਉਸ ਦੀਆਂ ਸਹੇਲੀਆਂ ਸੁੰਦਰਤਾ ਦੇ ਵਿੱਚ ਇੱਕ ਦੂਜੀ ਤੋਂ ਵੱਧ ਕੇ ਸਨ। ਪਰੰਤੂ ਸੋਹਣੀ ਉਹਨਾਂ ਸਾਰਿਆਂ ਵਿੱਚੋਂ ਪਹਿਲੇ ਦਰਜੇ ਦੀ ਸੁੰਦਰ ਸੀ ਇਸ ਤਰ੍ਹਾਂ ਇਹ ਰਚਨਾ ਇਸ ਰਚਨਾ ਦਾ ਵਿਸ਼ਾ ਰੋਮਾਂਟਿਕ ਸ਼ਿੰਗਾਰ ਰਸ ਦੇ ਨਾਲ ਭਰਪੂਰ ਅਤੇ ਵਿਸਥਾਰਮਈ ਹੈਗਾ ਅਗਲਾ ਪ੍ਰਸ਼ਨ ਫਜ਼ਲ ਸ਼ਾਹ ਦੀ ਜਿੰਨੀ ਕਵਿਤਾ ਮਦਦ ਕਰ ਲੇਤੀ ਵਸਤੀਵੰਦੀ ਕਾਲ ਦੀ ਪੰਜਾਬੀ ਕਵਿਤਾ ਪੁਸਤਕ ਦੇ ਵਿੱਚ ਦਰਜ ਹੈ ਉਸ ਦਾ ਕੇਂਦਰੀ ਭਾਵ ਦੱਸੋ ਫਜ਼ਲ ਸ਼ਾਹ ਇਸ ਰਚਨਾ ਜਿਸ ਦਾ ਮੁੱਖ ਵਿਸ਼ਾ ਹੈ ਸੋਹਣੀ ਮਹੀਂਵਾਲ ਦਾ ਕિસ્ਸਾ ਲਿਖਣਾ ਇਸ ਵਿੱਚ ਉਸਨੇ ਮੁੱਖ ਰੂਪ ਦੇ ਵਿੱਚ ਤਰਿੰਜਨ ਰੂਪ ਵਿੱਚ ਬੈਠੀ ਸੋਹਣੀ ਅਤੇ ਉਸ ਦੀਆਂ ਸਹੇਲੀਆਂ ਦੀ ਸੁੰਦਰਤਾ ਹਾਰ ਸ਼ਿੰਗਾਰ ਦਾ ਜ਼ਿਕਰ ਕੀਤਾ ਹੈ ਇਸ ਤੋਂ ਬਾਅਦ ਉਸਨੇ ਸੋਹਣੀ ਦੀ ਸੁੰਦਰਤਾ ਅਤੇ ਉਸ ਦੇ ਗਹਿਣਿਆਂ ਦੇ ਅਦਭੁਤ ਅਤੇ ਜਾਦੂਮਈ ਪ੍ਰਭਾਵ ਦਾ ਜ਼ਿਕਰ ਕੀਤਾ ਹੈ ਜਿਸ ਨੂੰ ਵੇਖ ਕੇ ਸਾਰਾ ਜਹਾਨ ਉਸ ਵੱਲ ਮੋਹਿਆ ਜਾਂਦਾ ਸੀ ਤੇ ਉਸ ਦੀ ਸੁੰਦਰਤਾ ਨੂੰ ਵੇਖ ਕੇ ਸੂਰਜ ਵੀ ਹੈਰਾਨ ਸੀ ਅਗਲਾ ਪ੍ਰਸ਼ਨ ਫਜ਼ਲ ਸ਼ਾਹ ਨੇ ਆਪਣੀ ਕਵਿਤਾ ਵਿੱਚ ਕਿੰਨਾ-ਕਿੰਨਾ ਦੀ ਸੁੰਦਰਤਾ ਅਤੇ ਹਾਰਸ਼ ਕਰਦਾ ਜ਼ਿਕਰ ਕੀਤਾ ਹੈ ਫਜ਼ਲ ਸ਼ਾਹ ਨੇ ਆਪਣੀ ਕਵਿਤਾ ਵਿੱਚ ਸੋਹਣੀ ਅਤੇ ਉਸ ਦੀਆਂ ਤਰਿੰਜਣ ਵਿੱਚ ਬੈਠੀਆਂ ਹੋਈਆਂ ਸਹੇਲੀਆਂ ਦੀ ਸੁੰਦਰਤਾ ਅਤੇ ਹਾਰ ਸ਼ਿੰਗਾਰ ਦਾ ਜ਼ਿਕਰ ਕੀਤਾ ਹੈ ਫਜ਼ਲ ਸ਼ਾਹ ਦੀ ਕਵਿਤਾ ਵਿੱਚ ਇਸਤਰੀਆਂ ਦੇ ਸ਼ਿੰਗਾਰ ਦੇ ਨਾਲ ਸੰਬੰਧਿਤ ਕਿਹੜੀਆਂ-ਕਿਹੜੀਆਂ ਗੱਲਾਂ ਦਾ ਜ਼ਿਕਰ ਹੈ ਇਸ ਕਵਿਤਾ ਦੇ ਵਿੱਚ ਇਸਤਰੀਆਂ ਦੇ ਸ਼ਿੰਗਾਰ ਦੇ ਨਾਲ ਸੰਬੰਧਿਤ ਉਹਨਾਂ ਦੇ ਅਖਵਾਖਾਂਗਾ ਉੱਤੇ ਪਹਿਨੇ ਜਾਣ ਵਾਲੇ ਗਹਿਣੇ ਹਨ ਦੰਦਾਸੇ ਸੁਰਖੀ ਸੁਰਮੇ ਕੱਜਲ ਜ਼ੁਲਫਾਂ ਦੇ ਪੇਚ ਬਣਾਉਣ ਅਤੇ ਅਤਰ ਫੇਲਣਾ ਲਾਉਣ ਦਾ ਜ਼ਿਕਰ ਕੀਤਾ ਹੋਇਆ ਹੈ। ਅਗਲਾ ਪ੍ਰਸ਼ਨ ਫਜ਼ਲ ਸ਼ਾਹ ਦੀ ਕਵਤਾ ਦੇ ਵਿੱਚ ਇਸਤਰੀਆਂ ਦੇ ਹਾਰ ਸ਼ਿੰਗਾਰ ਲਈ ਪਹਿਨੇ ਜਾਣ ਵਾਲੇ ਕਿਹੜੇ-ਕਿਹੜੇ ਗਹਿਣੇ ਦਾ ਜ਼ਿਕਰ ਆਇਆ ਹੈ? ਇਸ ਕਵਿਤਾ ਦੇ ਵਿੱਚ ਮੱਥੇ ਉੱਤੇ ਲਾਉਣ ਵਾਲੇ ਗਹਿਣੇ ਟਿੱਕਾ, ਦੌਣੀ ਦੀ ਗੱਲ ਕੀਤੀ ਗਈ ਹੈ। ਇਸ ਤੋਂ ਇਲਾਵਾ ਚੌਂਪ ਕਲੀ, ਚੰਦਨ ਹਾਰ, ਮੋਹਨ ਮਾਲਾ, ਕੰਠ ਮਾਲਾ, ਨਾਮ ਹੈਂਕਲਾ ਜਿਹੜੇ ਕਿ ਕੰਨਾਂ ਵਿੱਚ ਪਾਏ ਜਾਣ ਵਾਲੇ ਗਹਿਣੇ ਹੈਗੇ ਨਾ ਸੌਰੀ ਗਾਲ ਵਿੱਚ ਪਹਿਨੇ ਜਾਣ ਵਾਲੇ ਗਹਿਣੇ ਹਨ ਉਹਨਾਂ ਦਾ ਜ਼ਿਕਰ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਬਾਹਾਂ ਵਿੱਚ ਪਾਏ ਹੋਏ ਬਾਜ਼ੂਬੰਦ ਪੈਰਾਂ ਵਿੱਚ ਪਾਈਆਂ ਹੋਈਆਂ ਪੰਜੇਬਾਂ ਤੇ ਕੰਨਾਂ ਵਿੱਚ ਪਾਏ ਹੋਏ ਕੰਨ ਫੂਲ ਅਤੇ ਚੁੰਮਕੀਆਂ ਦਾ ਜ਼ਿਕਰ ਕੀਤਾ ਗਿਆ ਹੈਗਾ ਇਹਨਾਂ ਨੂੰ ਬੜੇ ਬੱਖੋ ਬੱਖਰੇ ਕਰਕੇ ਯਾਦ ਕਰ ਲਿਓ ਤਾਂ ਉਹਦੇ ਨਾਲ ਤੁਹਾਨੂੰ ਸੌਖਾ ਆਏਗਾ ਠੀਕ ਹੈ ਮੱਧਕਾਲ ਅਤੇ ਮੁੰਡਲੇ ਬਸਤੀਵਦੀ ਕਾਲ ਦੀ ਪੰਜਾਬੀ ਕਵਿਤਾ ਕਾਵ ਸੰਗ੍ਰਹਿ ਦਾ ਸੰਪਾਦਕ ਕੌਣ ਹੈ ਜਿਸ ਦਾ ਅਰਥ ਹੈ ਡਾਕਟਰ ਯੋਗਰਾਜ ਅੰਗਰੇਜ਼ ਤਾਂ ਇਹ ਤਾਂ ਸੀਗਾ ਆਪਣਾ ਫਜ਼ਲ ਸ਼ਾਦੀ ਰਚਨਾ ਸੋਣੀ ਉਮੀਦ ਕਰਦੀ ਹੈ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗਿਆ ਹੋਵੇਗਾ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਕਰਿਓ ਬੇਟਾ ਆਪਣੇ ਫਰੈਂਡਸ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਕਰਿਓ ਜੇਕਰ ਚੈਨਲ ਤੇ ਨਵੇਂ ਆਏ ਹੈਗੇ ਤਾਂ ਚੈਨਲ ਦੀ ਪਲੇਲਿਸਟ ਹਰ ਹਾਲਤ ਵਿੱਚ ਵਾਚਿਓ ਤੇ ਕੋਈ ਵੀ ਵੀਡੀਓ ਤੁਹਾਡੀ ਪੜ੍ਹਾਈ ਲਈ ਲਾਭਦਾਇਕ ਹੋ ਸਕਦੀ ਹੈ ਖਾਸ ਤੌਰ ਤੇ 5ਵੇਂ ਸਮੈਸਟਰ ਦੀ ਗੱਲ ਕਰਾਂ ਤਾਂ ਜਨਰਲ ਪੰਜਾਬੀ ਦਾ ਸਾਰਾ ਕੰਮ ਅਪਲੋਡ ਕੀਤਾ ਹੋਇਆ ਹੈਗਾ ਬੇਟਾ ਤੇ ਕੁਝ ਕੰਮ ਸੋਸ਼ੀਓਲੋਜੀ ਦਾ ਵੀ ਪਾਇਆ ਹੋਇਆ ਹੈਗਾ ਪਰ ਉਸ ਹਿਸਾਬ ਦੇ ਨਾਲ ਈਵਜ਼ ਤੁਹਾਡੇ ਬਹੁਤ ਘੱਟ ਨੇ ਤੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਬੇਟੇ ਤੇ ਜਨਰਲ ਪੰਜਾਬੀ ਦਾ ਕੰਮ ਵੀ ਜ਼ਰੂਰ ਬੱਚ ਤੇ ਉਮੀਦ ਕਰਦੀ ਹੈਗੀ ਆ ਕਿ ਇਹ ਵੀਡੀਓ ਤੁਹਾਡੀ ਪੜ੍ਹਾਈ ਦੇ ਲਾਭਦਾਇਕ ਹੋਏਗੀ ਤੇ ਇਸ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾ ਨਾ ਜਾਣਾ ਫਿਰ ਮਿਲਦੇ ਹੈਗੇ ਅਗਲੀ ਵੀਡੀਓ